7 ਵਜ ਚੁੱਕੇ ਨੇ ਜੀ ਰਾਤ ਦੇ। ਮੈਂ ਬਰਨਾਲੇ ਤੋਂ ਆਇਆ, ਮੇਰੀ ਆਪਦੀ ਇੱਕ ਰਿਸ਼ਤੀ ਹੈ। ਸੁਬਾ ਨਹੀਂ ਆਏ ਜੀ ਤਹਿਸੀਲਦਾਰ ਸਾਹਿਬ, ਕੀ ਕਰਾਂਗੇ, ਟਿਕਟ ਦੱਸ ਦੇਣੀ ਜੀ ਅਫਸਰ। ਆ ਬੈਠੀ ਹੈ ਪਬਲਿਕ ਹੈਰਾਨ ਹੋ ਜਾਂਦੀ ਹੈ। ਰਜਿਸਟਰੀਆਂ ਤਾਂ ਜੇ ਕੋਈ ਅਪੁਆਇੰਟਮੈਂਟਾਂ ਹੈ ਜਿਵੇਂ ਜਿੰਨੀਆਂ ਹੈਗੀਆਂ ਨੇ ਉਨੀਆਂ ਰਜਿਸਟਰੀਆਂ ਹੋਣਗੀਆਂ। ਦੁਪਹਿਰ ਤੱਕ ਉੱਥੇ ਕੰਮ ਨਿਬੇੜਿਆ, ਚੀਮੇ ਨਿਬੇੜਿਆ, ਫਿਰ ਲੌਂਗੋਵਾਲ ਤੋਂ ਆਉਂਦੇ ਹੋਏ 4:30 ਵੱਜ ਗਏ ਇੱਥੇ। ਇਹ ਤਸਵੀਰਾਂ ਇੱਕ ਸਰਕਾਰੀ ਦਫ਼ਤਰ ਦੀਆਂ ਨੇ ਜੋ ਰਾਤ ਵੇਲੇ ਖੁੱਲਿਆ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਇਸ ਦਫ਼ਤਰ ਦੇ ਵਿੱਚ ਕੰਮ ਵੀ ਹੋ ਰਿਹਾ ਹੈ ਤੇ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਜਿਨ੍ਹਾਂ ਦਫ਼ਤਰਾਂ ਦੇ ਵਿੱਚ ਦਿਨ ਵੇਲੇ ਵੀ ਕੰਮ ਕਰਾਉਣਾ ਔਖਾ ਹੁੰਦਾ ਹੈ ਤਾਂ ਰਾਤ ਵੇਲੇ ਦਫ਼ਤਰ ਖੁੱਲ੍ਹਾ ਹੈ ਤੇ ਰਾਤ ਵੇਲੇ ਕੰਮ ਵੀ ਹੋ ਰਹੇ ਨੇ। ਇਸ ਦਫ਼ਤਰ ਦੇ ਵਿੱਚ ਤਹਿਸੀਲਦਾਰ ਬੈਠਾ ਲੋਕਾਂ ਦੀਆਂ ਰਜਿਸਟਰੀਆਂ ਬਣਾ ਰਿਹਾ ਹੈ। ਤਹਿਸੀਲਦਾਰ ਨੂੰ ਲੈ ਕੇ ਵੀ ਇੱਥੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਦਿਨ ਵੇਲੇ ਕਰਨ ਵਾਲਾ ਕੰਮ ਰਾਤ ਵੇਲੇ ਕਿਉਂ ਕੀਤਾ ਜਾ ਰਿਹਾ, ਇੱਥੇ ਕੀ ਗੜਬੜ ਚੱਲ ਰਹੀ ਹੈ। ਇਹ ਸਵਾਲ ਵੀ ਇੱਥੇ ਦੇ ਲੋਕਾਂ ਵੱਲੋਂ ਹੀ ਚੁੱਕੇ ਗਏ ਨੇ। ਵੱਡੀ ਗੱਲ ਇਹ ਹੈ ਕਿ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਕੰਮ ਕਰਵਾਉਣ ਦੇ ਲਈ ਰੁਕੇ ਵੀ ਹੋਏ ਨੇ। ਇਸ ਸਮਾਂ ਸ਼ਾਮ ਦੇ 7 ਵਜੇ ਦਾ ਹੈ ਜਿਸ ਦੌਰਾਨ ਦਫ਼ਤਰ ਖੁੱਲਿਆ ਹੋਇਆ, ਤਹਿਸੀਲਦਾਰ ਅੰਦਰ ਬੈਠਾ ਹੈ ਤੇ ਲੋਕਾਂ ਦੀਆਂ ਰਜਿਸਟਰੀਆਂ ਬਣਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਤਹਿਸੀਲਦਾਰ ਇਸ ਦਫ਼ਤਰ ਦੇ ਵਿੱਚ ਸ਼ਾਮ 5 ਵਜੇ ਪਹੁੰਚਿਆ, ਉਸ ਤੋਂ ਬਾਅਦ ਰਜਿਸਟਰੀਆਂ ਬਣਾਉਣ ਦਾ ਕੰਮ ਸ਼ੁਰੂ ਹੋਇਆ, ਜਦਕਿ ਸਰਕਾਰੀ ਦਫ਼ਤਰਾਂ ਦੇ ਵਿੱਚ 5 ਵਜੇ ਦਫ਼ਤਰ ਬੰਦ ਕਰ ਦਿੱਤੇ ਜਾਂਦੇ ਨੇ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਤਹਿਸੀਲਦਾਰ ਦੇ ਵੱਲੋਂ ਦਿੱਤਾ ਗਿਆ। ਉਸਦਾ ਕਹਿਣਾ ਹੈ ਕਿ ਉਹ ਇਕੱਲਾ ਹੀ ਹੈ ਜੋ 3 ਦਫ਼ਤਰਾਂ ਦੇ ਵਿੱਚ ਕੰਮ ਕਰ ਰਿਹਾ ਹੈ। 3 ਦਫ਼ਤਰਾਂ ਦੇ ਵਿੱਚ ਉਸਨੂੰ ਤਹਿਸੀਲਦਾਰ ਲਾਇਆ ਗਿਆ ਹੈ। 2 ਦਫ਼ਤਰਾਂ ਦਾ ਕੰਮ ਭੁਗਤਾਉਣ ਤੋਂ ਬਾਅਦ ਉਹ 3 ਦਫ਼ਤਰ ਪਹੁੰਚਿਆ ਤੇ ਫਿਰ ਇੱਥੇ ਕੰਮ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਉਸਨੇ ਇਹ ਵੀ ਕਿਹਾ ਹੈ ਕਿ ਜੋ ਲੋਕਾਂ ਨੂੰ ਰਜਿਸਟਰੀ ਦਾ ਸਮਾਂ ਦਿੱਤਾ ਹੁੰਦਾ ਹੈ ਸ਼ਾਮ ਵੇਲੇ ਦਾ, ਉਸ ਦੇ ਮੁਤਾਬਿਕ ਹੀ ਇਹ ਕੰਮ ਚੱਲ ਰਿਹਾ ਹੈ। ਬੇਸ਼ੱਕ ਸਮਾਂ ਜ਼ਿਆਦਾ ਹੋ ਚੁੱਕਿਆ ਹੈ, ਪਰ ਜਿਨ੍ਹਾਂ ਨੂੰ ਟਾਈਮ ਦਿੱਤਾ ਗਿਆ ਸੀ ਰਜਿਸਟਰੀਆਂ ਬਣਾਉਣ ਦੇ ਲਈ, ਉਹਨਾਂ ਲੋਕਾਂ ਦੀਆਂ ਹੀ ਰਜਿਸਟਰੀਆਂ ਬਣਾਈਆਂ ਜਾ ਰਹੀਆਂ ਨੇ। ਇਹ ਦਫ਼ਤਰ ਹੈ ਸਬ ਡਿਵੀਜ਼ਨਲ ਮੈਜਿਸਟ੍ਰੇਟ ਸੰਗਰੂਰ ਦਾ, ਜਿੱਥੇ ਤਹਿਸੀਲਦਾਰ ਬੈਠ ਕੇ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਕਰ ਰਿਹਾ ਹੈ। ਵੱਡੀ ਗੱਲ ਇਹ ਹੈ ਤਹਿਸੀਲਦਾਰ ਇੱਕ ਹੈ ਤੇ 3-3 ਦਫ਼ਤਰਾਂ ਦਾ ਕੰਮ ਸਾਂਭਿਆ ਹੋਇਆ ਹੈ। ਹੁਣ ਇੱਥੇ ਸਰਕਾਰ ਤੇ ਵੀ ਸਵਾਲ ਉੱਠ ਰਹੇ ਨੇ ਕਿ ਆਖਿਰ ਸਰਕਾਰ ਦੇ ਕੋਲ ਤਹਿਸੀਲਦਾਰਾਂ ਦੀ ਕਮੀ ਹੈ ਜਾਂ ਹੋਰ ਤਹਿਸੀਲਦਾਰ ਕਿਉਂ ਭਰਤੀ ਨਹੀਂ ਕੀਤੇ ਜਾ ਰਹੇ ਕਿ ਰਾਤ ਨੂੰ ਵੀ ਦਫ਼ਤਰ ਖੋਲ੍ਹ ਕੇ ਕੰਮ ਹੋ ਰਿਹਾ ਹੈ ਜਾਂ ਫਿਰ ਹਨੇਰੇ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਹੋ ਰਹੀ ਹੈ। ਤਹਿਸੀਲਦਾਰ ਨੇ ਆਪਣੀ ਸਫਾਈ ਦਿੱਤੀ ਹੈ ਤੇ ਸਪਸ਼ਟ ਕੀਤਾ ਹੈ ਕਿ ਉਹ ਰਾਤ ਨੂੰ ਦਫ਼ਤਰ ਦੇ ਵਿੱਚ ਕਿਉਂ ਬੈਠਾ ਹੈ। ਹੁਣ ਸੁਣ ਕੇ ਤੁਸੀਂ ਹੀ ਦੱਸੋ ਕਿ ਆਖਿਰ ਇਹ ਸਹੀ ਹੋ ਰਿਹਾ ਹੈ ਜਾਂ ਗਲਤ। ਇਹ 4:30 ਵਜੇ ਮੈਂ ਆਇਆ, 4:30 ਵਜੇ ਤੋਂ ਕੋਈ ਰਜਿਸਟਰੀ ਅਸੀਂ ਲਗਾਤਾਰ ਇਹ ਕਰ ਰਹੇ ਹਾਂ। ਕੋਈ ਐਂ ਨਹੀਂ ਵੀ ਕੋਈ 4:30 ਵਜੇ ਕਰਤੀ ਜਾਂ 5 ਵਜੇ ਕਰਤੀ, 5:30 ਵਜੇ ਕਰਤੀ, ਇਹਨਾਂ ਨੇ ਅਪੁਆਇੰਟਮੈਂਟ ਹੀ ਦੇ ਉਹਦੇ ਮੁਤਾਬਕ ਹੀ ਕਰ ਰਿਹਾ। ਕੋਈ ਐਂ ਨਹੀਂ ਕੋਈ ਵੀ ਬ੍ਰੇਕ ਪਾ ਕੇ ਵੀ 4:30 ਕਰਤੀ, 4:45 ਕਰਤੀ ਜਾਂ ਇੱਕ ਸਵੇਰੇ। ਕੱਲ੍ਹ ਤਾਂ ਸੁਣੋ ਜੀ, ਕਲਰਕਾਂ ਦੀ ਜਿਹੜੇ ਹੈਗੇ ਨੇ ਜੀ, ਕਲਰਕਾਂ ਦੀ ਸੀਆਰਓ ਦੀ ਕੋਈ ਹੜਤਾਲ ਨਹੀਂ ਹੈਗੀ। ਇਹ ਗੱਲ ਤਾਂ ਸੁਣ ਲਓ ਹਾਂਜੀ, ਇਹ ਰਜਿਸਟਰੀਆਂ ਦਾ ਜੇ ਦਿਨ ਬਦਲ ਜੂਗਾ ਜੀ, ਰਜਿਸਟਰੀਆਂ ਤਾਂ ਜੇ ਕੋਈ ਅਪੁਆਇੰਟਮੈਂਟਾਂ ਹੈ ਜਿਵੇਂ ਜਿੰਨੀਆਂ ਹੈਗੀਆਂ ਨੇ ਉਨੀਆਂ ਰਜਿਸਟਰੀਆਂ ਹੋਣਗੀਆਂ। ਅਪੁਆਇੰਟਮੈਂਟ ਹੀ ਮੁਤਾਬਕ ਉਹ ਕਰ ਰਹੇ ਹਾਂ, ਕੋਈ ਕਿਸੇ ਨੂੰ ਅਸੀਂ ਬੁਲਾ ਕੇ ਨਹੀਂ ਕਹਿ ਰਹੇ ਵੀ ਭਾਈ ਆ ਜਾਓ ਰਜਿਸਟਰੀ ਕਰ ਲਈ ਅੱਜ ਹੀ ਹੋਣਗੀਆਂ। ਹਾਂਜੀ ਰਜਿਸਟਰੀਆਂ ਰੋਜ਼ ਹੀ ਹੁੰਦੀਆਂ ਨੇ। ਇਹ ਦੇਖੋ ਜੀ ਗੱਲ ਤਾਂ ਸਮਝੋ, ਜਦ ਇੱਥੇ ਡਿਸਟ੍ਰਿਕਟ ਹੈਡਕੁਆਰਟਰ ਕਰਕੇ ਇੱਥੇ ਰਸ਼ ਹੁੰਦਾ ਜ਼ਿਆਦੇ, ਜੇ ਰਸ਼ ਹੁੰਦਾ ਜ਼ਿਆਦੇ ਤਾਂ ਮੇਰੇ ਕੋਲ ਚੀਮਾ ਸਾਹਿਬ ਤਹਿਸੀਲ, ਲੌਂਗੋਵਾਲ ਸਾਹਿਬ ਤਹਿਸੀਲ, ਸੰਗਰੂਰ ਤਹਿਸੀਲ, ਅਤੇ ਦੁਪਹਿਰ ਤੱਕ ਉੱਥੇ ਕੰਮ ਨਿਬੇੜਿਆ, ਚੀਮੇ ਨਿਬੇੜਿਆ, ਫਿਰ ਲੌਂਗੋਵਾਲ ਤੋਂ ਆਉਂਦੇ ਹੋਏ 4:30 ਵੱਜ ਗਏ ਇੱਥੇ। ਇਹਦੇ ਜੇ ਕੋਈ ਹੋਰ ਪਾਸੇ ਰਜਿਸਟਰੀਆਂ ਤਾਂ ਸਾਰੇ ਜਿੱਥੇ ਥੋੜ੍ਹਾ ਕੰਮ ਹੈ ਜੀ, ਜਿਵੇਂ ਹੁਣ ਚੀਮੇ ਥੋੜ੍ਹਾ ਕੰਮ ਆ, ਲੌਂਗੋਵਾਲ ਥੋੜ੍ਹਾ ਕੰਮ ਆ, ਦੁਪਹਿਰ ਤੱਕ ਹੋ ਗਈਆਂ।
ਰਜਿਸਟਰੀਆਂ ਜੇ ਪਹਿਲੀ ਵਾਰ ਦੇਖ ਰਹੇ ਜੀ, ਚਲੋ ਪਿਛਲੀਆਂ ਸਰਕਾਰਾਂ 'ਚ ਤਾਂ ਮੰਨਦੇ ਸੀਗੇ ਵੀ ਚਲੋ ਮਾੜੀਆਂ ਤੀਆਂ ਲੋਕ ਕਹਿੰਦੇ ਤੀ, ਭ੍ਰਿਸ਼ਟ ਤੀ, ਹੈ ਨਾ। ਇਹ ਤਾਂ ਇਮਾਨਦਾਰ ਸਰਕਾਰ ਤੀ, ਪਰ ਇਹਦੇ ਵਿੱਚ ਵੀ ਰਾਤ ਨੂੰ ਰਜਿਸਟਰੀਆਂ ਹੋ ਰਹੀਆਂ ਨੇ। ਸਮਾਂ ਸਾਨੂੰ ਹੋ ਗਿਆ ਜੀ 2 ਘੰਟੇ ਹੋ ਗਏ ਜੀ, 3 ਹੁਣ 7:04 ਹੋ ਗਿਆ, ਦੇਖ ਲਓ ਜੀ। ਹੁਣ ਇਹ ਛੋਟੇ ਛੋਟੇ ਬੱਚੇ ਨੇ, ਲੋਕ ਖੜ੍ਹੇ ਨੇ, ਪਰ ਹੁਣ ਇਹ ਸੱਚ ਹੈ ਵੀ ਪਹਿਲਾਂ ਲੋਕ ਬੋਲਦੇ ਨਹੀਂ ਹੈਗੇ ਕੋਈ, ਪ੍ਰੋਬਲਮ ਤਾਂ ਇਹ ਆ ਗਈ ਦਿਨੇ ਕਾਰਨ ਹੁਣ ਹੁਣ ਇਹਨਾਂ ਨੂੰ ਤੁਸੀਂ ਤੁਹਾਨੂੰ ਪਤਾ ਹੀ ਹੈ ਜੀ। ਹੁਣ ਜੇ ਬੰਦਾ ਕੋਈ ਸੱਚ ਬੋਲੇਗਾ ਨਾ ਤਾਂ ਫਿਰ ਤਾਂ ਹੈ ਵੀ ਹੁਣ ਦਿਨੇ ਨਹੀਂ ਮੁਲਾਜ਼ਮ ਇੰਨੀ ਰਾਤ ਨੂੰ, ਗੱਲ ਸੁਣ, ਮੇਰੀ ਡਿਊਟੀ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਹੈ, ਪੂਰਾ ਟਾਈਮ ਟੇਬਲ ਹੁੰਦਾ, ਟਾਈਮ ਟੇਬਲ ਤੋਂ ਉੱਪਰ ਦੀ ਹੋ ਕੇ। ਹੁਣ ਇੱਥੇ ਬਜ਼ੁਰਗ ਲੋਕ ਨੇ, ਮਾਈਆਂ ਨੇ, ਭੈਣਾਂ, ਦੇਖੋ ਛੋਟੇ ਬੱਚੇ ਨੇ, ਠੰਡ ਦਾ ਟਾਈਮ, ਹੈਰਾਨ ਹੋ ਰਹੇ ਨੇ। ਇਹ ਦਿਨੇ ਹੋਣੇ ਚਾਹੀਦੇ ਨੇ ਰਜਿਸਟਰੀ ਜਿਹੜੇ ਹੁੰਦੇ ਨੇ, ਜਦੋਂ ਦਿਨੇ ਤਾਂ ਲੋਕਾਂ ਦੀ ਰਜਿਸਟਰੀ ਹੁੰਦੇ ਨੇ, ਸ਼ਾਮ ਨੂੰ ਹੁੰਦੀਆਂ ਨੇ। ਇਹ ਹੁਣ ਤੁਸੀਂ ਵੀ ਦਾਲ ਤਾਂ ਸਾਰੀ ਵੀ ਕਾਲੀ ਹੈ ਜੀ, ਤੁਸੀਂ ਵੀ ਪੜ੍ਹੇ ਲਿਖੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਬੋਲਦਾ ਨਹੀਂ ਕੋਈ, ਕਾਰਨ ਤਾਂ ਇਹ ਹੈ ਬਾਈ ਜੀ। ਮੇਰਾ ਖਿਆਲ 7 ਵੱਜ ਚੁੱਕੇ ਨੇ ਜੀ ਰਾਤ ਦੇ, ਮੈਂ ਬਰਨਾਲੇ ਤੋਂ ਆਇਆ, ਮੇਰੀ ਆਪਦੀ ਇੱਕ ਰਿਸ਼ਤੀ ਹੈ, ਮੈਂ ਸੁਬਾਹ ਦਾ ਖੜਾ ਅਤੇ ਤਹਿਸੀਲਦਾਰ ਸਾਹਿਬ ਬੈਠੇ ਨੇ, ਢੋਲਕ ਸਾਹਿਬ ਬਣੀ ਆ ਕੱਟ, ਸੁਬਾਹ ਨਹੀਂ ਆਏ ਜੀ ਤਹਿਸੀਲਦਾਰ ਸਾਹਿਬ, ਕੀ ਕਰਾਂਗੇ, ਬੈਠੀ ਹੈ ਪਬਲਿਕ ਜੀ, ਹੈਰਾਨ ਹੋ ਜਾਂਦੀ ਹੈ। ਮੈਂ ਤਕਰੀਬਨ ਇੱਥੇ 11-12 ਵਜੇ ਪਹੁੰਚ ਗਏ ਸੀ, ਤਹਿਸੀਲਦਾਰ ਸਾਹਿਬ ਤਾਂ ਸ਼ਾਮ ਨੂੰ ਆਇਆ ਜੀ, 5 ਵਜੇ ਪਹੁੰਚ ਕੇ, ਪੰਜ ਵਜੇ ਦਫ਼ਤਰ ਨਹੀਂ ਆਇਆ ਜੀ, ਅਤੇ ਉੱਧਰ ਗਏ ਜੀ, ਮੀਟਿੰਗ 'ਤੇ ਗਏ ਜੀ, ਇਕੜੇ ਦੱਸ ਦਿਨ ਜੀ ਅਫਸਰ, ਆਹ ਬੈਠੀ ਹੈ ਪਬਲਿਕ ਹੈਰਾਨ ਹੋ ਜਾਂਦੀ ਹੈ ਜੀ। ਬਰਨਾਲੇ ਜਾਣਾ ਮੈਂ 40 ਕਿਲੋਮੀਟਰ ਤੋਂ ਅੱਗੇ ਜਾਣਾ ਜੀ, ਦੇਖੋ ਰਾਤ ਦਾ ਟਾਈਮ ਆ, ਕੁਛ ਵੀ ਹੋ ਸਕਦਾ। ਇੱਕ ਪਾਸੇ ਦਾ ਭਗਵੰਤ ਮਾਨ ਸਰਕਾਰ ਕਹਿੰਦੀ ਵੀ ਨੰਬਰ ਜਾਰੀ ਕਰ ਦੇ, ਤੁਹਾਡੇ ਘਰੇ ਬੈਠੇ ਕੰਮ ਹੋਇਆ ਕਰਨਗੇ, ਦੂਸਰੇ ਪਾਸੇ ਤੁਹਾਨੂੰ ਇੱਥੇ ਆ ਕੇ ਖਜਰਾਉਣਾ ਪੈ ਰਿਹਾ। ਮੇਰੇ ਖਿਆਲ ਤਾਂ ਜਮਨੀ ਤੁਹਾਡੇ ਸਾਹਮਣੇ ਆ ਜੀ, ਮੈਂ ਤਾਂ ਦੇਖੋ ਮੇਰੇ ਮੂੰਹ ਨੂੰ ਕਹੋ, ਦੇਖੋ ਤੁਹਾਡੇ ਕੈਮਰਾ ਫਿਰ ਉਹ ਚਾਰੇ ਪਾਸੇ ਪਬਲਿਕ ਖੜੀ ਹੈ, ਮੇਰੇ ਮੂੰਹ ਨਾਲ ਕਹੋ, ਉਸਨੂੰ ਆਪ ਹੀ ਪਬਲਿਕ ਦੱਸ ਰਹੀ ਹੈ। ਇਹ ਕੀ ਹੋ ਰਿਹਾ, ਇਹ ਤਾਂ ਸਿਰਫ ਬਦਲਾਅ ਆਹ ਬਦਲਾਅ ਜ਼ਰੂਰ ਹੈ ਵੀ ਸ਼ਾਮ ਨੂੰ ਰਾਤ ਨੂੰ 8 ਵਜੇ 7 ਵਜੇ ਰਿਸ਼ਤੇ ਆਉਂਦੇ ਨੇ, ਆਹ ਬਦਲਾਅ ਜ਼ਰੂਰ ਹੈ।